ਇਸ ਵਾਰ ਅਸੀਂ ਸਰਦਾਰ ਲਾਲ ਸਿੰਘ ਜੀ ਮਾਨਯੋਗ ਚੇਅਰਮੈਨ ਪੰਜਾਬ ਮੰਡੀ ਬੋਰਡ ਦੀ ਰਹਿਨੁਮਾਈ ਥੱਲੇ ਅਤੇ ਸਾਡੇ ਸਰਦਾਰ ਆਪਣੇ ਅਮਿਤ ਢਾਕਾ ਜੀ ਸਕੱਤਰ ਮੰਡੀ ਬੋਰਡ ਦੇ ਦਿਸ਼ਾ ਨਿਰਦੇਸ਼ਾਂ ਥੱਲੇ ਈ ਟੈਂਡਰਿੰਗ ਲਈ ਅਸੀਂ ਸਾਰੇ ਸੀਜ਼ਨ ਪ੍ਰਬੰਧ ਠੇਕੇ ਦਿੱਤੇ ਨੇ ਤਕਰੀਬਨ ਲਗਭਗ ਸਾਡੇ ਸੀਜ਼ਨ ਪ੍ਰਬੰਧ ਠੇਕੇ ਆਪਣੇ ਜ਼ਿਲ੍ਹੇ ਸਾਰੇ ਹੋ ਗਏ ਆ। ਇੱਕ ਦੋ ਦਿਨਾਂ ਦੇ ਵਿੱਚ ਸਾਰਿਆਂ ਨੂੰ ਆਰਡਰ ਪਹੁੰਚ ਜਾਣਗੇ। ਅਸੀਂ 25 ਤੱਕ ਸਫਾਈ ਦਾ ਅਭਿਆਨ ਸ਼ੁਰੂ ਕਰਕੇ ਇੱਕ ਦੋ ਦਿਨਾਂ 'ਚ ਨਿਪਟਾ ਦੇਵਾਂਗੇ। 1 ਤਰੀਕ ਦੀ ਸਾਡੀ ਸੰਭਾਵਨਾ ਹੈਗੀ ਆ ਵੀ ਫਸਲ ਆਵੇ ਕਿਤੇ ਕਿਤੇ ਟਾਵੇਂ ਟਾਵੇਂ, ਅਤੇ ਉਦੋਂ ਪਹਿਲਾਂ ਅਸੀਂ ਸੀਜ਼ਨ ਪ੍ਰਬੰਧ ਕਰ ਲਵਾਂਗੇ। ਜਾਣੀ 25 ਤੋਂ ਸਰ ਲੱਗ ਕੇ ਕਹਿਣ ਦਾ ਮਤਲਬ ਛੇ ਦਿਨਾਂ 'ਚ ਹੋ ਜਾਏਗਾ ਸਾਡਾ ਸਾਰਾ। ਵੈਸੇ ਸ਼ੁਰੂ ਕਰ ਦਿੱਤੇ, ਸਾਡੇ ਕਈ ਕਮੇਟੀਆਂ ਨੇ ਸ਼ੁਰੂ ਕਰ ਦਿੱਤੇ ਸਫਾਈਆਂ ਦਾ ਕੰਮ, ਤਾਂ ਜਿਵੇਂ ਪਾਥੀਆਂ ਪੁੱਥੀਆਂ ਪਈਆਂ ਸੀਗੀਆਂ ਹੋਰ ਪਿਆ ਉਹ ਢੇਰੀਆਂ ਚੁਕਾ ਰਹੇ ਆ, ਅਨਾਊਂਸਮੈਂਟਾਂ ਕਰ ਰਹੇ ਆ। ਸਾਡੇ ਮਤਲਬ ਮੁਲਾਜ਼ਮ ਵੀ ਐਕਟਿਵ ਹੋ ਗਏ ਆ, ਅਸੀਂ ਹਦਾਇਤਾਂ ਵੀ ਜਾਰੀ ਕਰਤੀ ਸਾਰਿਆਂ ਨੂੰ ਵੀ ਨਾਲ ਦੀ ਨਾਲ ਕੰਮ ਨਿਬੇੜੋ। ਸਫਾਈ ਦਾ ਮੇਨ ਜਿਹੜਾ ਹੈਗਾ ਮੁੱਢਲਾ ਕੰਮ ਸਾਡਾ ਸਫਾਈ ਦਾ, ਪਾਣੀ ਦਾ ਵੀ ਸਾਰਾ ਠੇਕੇ ਹੋ ਗਏ, ਪਾਣੀ ਦਾ, ਬਿਜਲੀ ਦਾ, ਛਾਂ ਦਾ ਸਾਰੇ ਠੇਕੇ ਸਾਡੇ ਮੁਕੰਮਲ ਹੋ ਗਏ ਆ। ਜਿਸ ਤਰ੍ਹਾਂ ਬਾਕੀ ਸਾਰਿਆਂ ਨੇ ਫਲੱਸ਼ਾਂ ਦੇ, ਫਲੱਸ਼ਾਂ ਦਾ, ਬਾਥਰੂਮਾਂ ਦਾ ਸਾਰੇ ਠੇਕੇ ਇੱਕੋ ਹੀ ਟੈਂਡਰ ਦੇ ਵਿੱਚ ਐਤਕੀ ਹੋਇਆ, ਕੋਈ ਹੈਂਕੀ ਪੈਂਕੀ ਨਹੀਂ ਹੋਈ, ਪਾਰਦਰਸ਼ੀ ਸਾਰੇ ਤਰੀਕੇ ਨਾਲ ਸਾਰੇ ਠੇਕੇ ਦਿੱਤੇ ਗਏ ਨੇ ਪੂਰੇ ਪੰਜਾਬ ਦੇ ਵਿੱਚ, ਆਪਣੇ ਜ਼ਿਲ੍ਹੇ ਦੇ ਵਿੱਚ ਵੀ ਪਹਿਲੀ ਵਾਰੀ ਸਾਰੇ ਠੇਕੇ ਇੱਕਦਮ ਹੀ ਹੋ ਗਏ ਆ। ਕੋਈ ਠੇਕਾ ਸਾਡੇ ਨਹੀਂ ਰਿਹਾ ਵੀ ਮੰਡੀ ਰਹਿ ਗਈ ਹੋਵੇ ਕੋਈ ਠੇਕੇ ਤੋਂ ਵਗੈਰਾ। ਕਹਿਣ ਦਾ ਮਤਲਬ ਜ਼ਿਮੀਂਦਾਰ ਬੇਧੜਕ ਹੋ ਕੇ ਆਪਣੀ ਫਸਲ ਲੈ ਕੇ, ਹਾਂਜੀ, ਕੋਈ ਦਿੱਕਤ ਨਹੀਂ ਆਉਣ ਦਿੱਤੀ, ਕੋਈ ਦਿੱਕਤ ਨਹੀਂ ਆਉਣ ਦਿੰਦੇ ਜੀ। ਥੈਂਕ ਯੂ। ਵਿਸਾਖੀ ਦੇ ਦਿਹਾੜੇ 'ਤੇ ਮੈਂ ਆਪਣੇ ਸਮੂਹ ਪਰਿਵਾਰ ਪੰਜਾਬ ਮੰਡੀ ਬੋਰਡ ਅਤੇ ਆਪਣੇ ਨਿੱਜੀ ਪਰਿਵਾਰ ਵੱਲੋਂ ਸਾਰੀ ਦੁਨੀਆ ਨੂੰ, ਪੂਰੇ ਭਾਰਤ ਵਾਸੀਆਂ ਨੂੰ ਅਤੇ ਪੰਜਾਬ ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ। ਰੱਬ ਕਰੇ ਉਹਨਾਂ ਦਾ ਦਿਨ ਇਹ ਬੜਾ ਖੁਸ਼ੀਆਂ ਖੇੜਿਆਂ ਅਤੇ ਉਲਾਰਾ ਭਰਾ ਹੋਵੇ।